ਰਾਜਾ ਸੁਲਾਈਏ ਲੰਘ ਆਓ। ਬਾਪੂ ਜੀ ਮੈਂ ਆ ਮਹਿੰਦਰ। ਹੈ ਬਈ ਮਹਿੰਦਰਾ, ਤੂੰ ਤਾਂ ਬਾਲਾ ਤੰਗ ਕੀਤਾ ਸਾਨੂੰ, ਸਾਡਾ ਬੁੱਢਿਆਂ ਦਾ ਤੇਰੇ ਤੋਂ ਸਿਵਾ ਹੈ ਹੀ ਕੌਣ। ਤੂੰ ਤਾਂ ਨਿਰਮੋਹਾ ਹੋ ਕੇ ਸਾਲ ਸਾਲ ਘਰੇ ਮੁੜਦਾ ਹੀ ਨਹੀਂ, ਤੇਰੀ ਬੇਬੇ ਤਾਂ ਕਮਲਿਆਂ ਵਾਂਗ ਬੁੜ ਬੁੜਾਉਂਦੀ ਰਹਿੰਦੀ ਹੈ। ਭਗਵਾਨੇ ਆ ਗਿਆ ਤੇਰਾ ਚੰਨ ਪੁੱਤ। ਬੇਬੇ ਮੱਥਾ ਟੇਕਦਾ ਹੈ। ਆ ਗਿਆ ਮੇਰਾ ਪੁੱਤ, ਮੇਰੇ ਕਾਲ ਜੇ ਠੰਡ ਪੈ ਗਈ। ਮੱਥਾ ਟੇਕਦਾ ਬੇਬੇ। ਜੁਗ ਜੁਗ ਜੀਉ ਪੁੱਤ, ਲੰਮੀਆਂ ਉਮਰਾਂ ਮਾਨੋ। ਚੰਗਾ ਵੀਰ ਜੀ, ਮੈਂ ਚੱਲਦਾ, ਸਵੇਰੇ ਆਉਂਗਾ। ਠੀਕ ਹੈ ਵੀਰ। ਵੇ ਮਹਿੰਦਰਾ, ਹੁਣ ਤੈਨੂੰ ਕਦੇ ਸਾਡੀ ਯਾਦ ਨੀ ਆਈ। ਬੇਬੇ ਮੈਂ ਆ ਤਾਂ ਜਾਂਦਾ, ਪਰ ਬਾਬਾ ਜੀ ਨੇ ਮੈਨੂੰ ਆਉਣ ਹੀ ਨਹੀਂ ਦਿੱਤਾ। ਬਸ ਭਾਈ, ਹੁਣ ਬੜੀ ਹੋ ਗਈ ਗੁਰੂ ਘਰ ਦੀ ਸੇਵਾ, ਸਾਡੇ ਬੁੱਢੇ ਹੱਡਾਂ ਦਾ ਵੀ ਕੁਛ ਖਿਆਲ ਕਰ। ਓਹੋ, ਤੂੰ ਤਾਂ ਆਉਂਦਿਆਂ ਨੂੰ ਭਾਸ਼ਣ ਦੇਣ ਲੱਗ ਪੈਂਦੀ ਹੈ। ਸਫ਼ਰ ਤੋਂ ਆਇਆ, ਥੋੜਾ ਆਰਾਮ ਕਰ ਲੈਣ ਦੇ। ਚੰਗਾ ਪੁੱਤ, ਤੂੰ ਨਹਾ ਧੋ ਲੈ, ਮੈਂ ਰੋਟੀ ਲੈ ਕੇ ਆਉਂਦੀ ਹਾਂ। ਅਰਦਾ, ਮਾਲਕ ਕੌਣ ਹੈ? ਹਾਂ ਜੀ ਹਾਂ, ਮੈਂ ਹੀ ਹਾਂ ਬਾਬਾ ਜੀ। ਰਾਏ ਕਰੋ, ਕੁੜੀ ਦੇ ਸਾਰੇ ਗਹਿਣੇ ਤੇ ਘਰ ਦੇ ਵਿੱਚ ਹੋਰ ਜੋ ਵੀ ਮਾਲ ਪੱਤਾ ਹੈ ਸਾਡੇ ਹਵਾਲੇ ਕਰ ਦਿਓ। ਮੈਂ ਤਾਂ ਗਰੀਬ ਆ ਜੀ, ਕੁੜੀ ਦੇ ਵਿਆਹ ਵਾਸਤੇ ਗਹਿਣੇ ਰੱਖੇ ਆ ਜੀ। ਕੋਈ ਨਾ ਕੋਈ ਨਾ, ਉਹਦਾ ਵੀ ਪ੍ਰਬੰਧ ਹੋ ਜਾਊ। ਮਾਲ ਇੱਧਰ ਕਰ, ਨਾਲੇ ਖਾਲੀ ਸਥਾਨ ਨਹੀਂ ਬਣਾ ਕੇ ਦੇਣਾ ਤੁਹਾਨੂੰ। ਠੀਕ ਹੈ ਬਾਬਾ ਜੀ, ਜਾ ਦੀਏ, ਬਾਬਾ ਜੀ ਨੂੰ ਗਹਿਣੇ ਲਿਆ ਕੇ ਦੇ। ਠੀਕ ਹੈ ਪਿਤਾ ਜੀ। ਆ ਲੋ ਪਿਤਾ ਜੀ। ਆ ਲੋ ਬਾਬਾ ਜੀ। ਕਿਆ ਇੱਧਰ? ਪਰ ਬਾਬਾ ਜੀ, ਮੇਰੀ ਕੁੜੀ। ਹੁਣ ਤੇਰੀ ਕੁੜੀ ਦਾ ਵੀ ਪ੍ਰਬੰਧ ਕਰ ਦਈਏ। ਚੱਲ ਇੱਧਰ ਕੁੜੀਏ। ਛੱਡ ਮੈਨੂੰ ਕੁੱਤਿਆ। ਨਾ ਬਾਬਾ ਜੀ, ਉਹ ਫੜੋ ਇਹਨੂੰ। ਮੈਨੂੰ ਨੀ ਪਤਾ ਕਿ ਇਹਦਾ ਭਾਅ ਗੰਗਾ ਸਿੰਘ ਨਾਲ ਪਿਆ। ਮੇਰੀ ਕੁੜੀ ਬਾਬਾ ਜੀ। ਭਾਜੀ ਭਾਜੀ ਭਾਜੀ, ਅਨਰਥ ਹੋ ਗਿਆ। ਕੀ ਹੋ ਗਿਆ ਡਾਕਟਰ, ਬੜਾ ਘਬਰਾਇਆ ਫਿਰਦਾ। ਆ ਪੜੋ ਭਾਜੀ ਕੀ ਲਿਖਿਆ। ਬਾਬਾ ਬਕਾਲਾ ਵਿੱਚ ਹਿੰਦੂ ਪਰਿਵਾਰ ਦੀ ਲੜਕੀ ਨਾਲ ਖਾਲਿਸਤਾਨੀ ਖਾੜਕੂਆਂ ਵੱਲੋਂ ਸਮੂਹਿਕ ਬਲਾਤਕਾਰ, ਸ਼ੱਕ ਦੀ ਸੂਈ ਸਿੱਧੀ ਗੰਗਾ ਸਿੰਘ ਤੇ। ਭਾਈ ਸਾਹਿਬ, ਜੇ ਇਹੋ ਜਿਹੇ ਬੰਦੇ ਆਹੀ ਕਾਰੇ ਕਰਦੇ ਰਹੇ, ਆਪਣੇ ਵਿਚਾਰਧਾਰਾ ਤਾਂ ਕੁਝ ਕੁ ਦਿਨਾਂ ਦੇ ਪੁਰਾਣੇ ਸਮਝੋ। ਉਹ ਤਾਂ ਠੀਕ ਹੈ, ਪਰ ਇਹ ਖਬਰ ਗਲਤ ਵੀ ਹੋ ਸਕਦੀ ਹੈ। ਮਾਝੇ ਜੌਨ ਦੇ ਚੀਫ ਭਾਈ ਸਤਨਾਮ ਸਿੰਘ ਜੀ ਹੋਰੀ ਇਹੋ ਜਿਹੇ ਢਿੱਲੇ ਬੰਦੇ ਨੂੰ ਆਪਣੇ ਜਥੇਬੰਦੀ ਵਿੱਚ ਸ਼ਾਮਲ ਨਹੀਂ ਹੋਣ ਦਿੰਦੇ। ਫਿਰ ਅਜਿਹਾ ਕਿਵੇਂ ਹੋ ਗਿਆ? ਬਾਬਾ ਬਕਾਲਾ ਤੋਂ ਅੱਗੇ ਭਾਈ ਕਰਮ ਸਿੰਘ ਦਾ ਗਰੁੱਪ ਬੜਾ ਸੀੜੀ ਹੈ। ਮੈਨੂੰ ਤਾਂ ਡਾਕਟਰ ਕੋਈ ਦਾਲ ਵਿੱਚ ਕਾਲਾ ਨਜ਼ਰ ਆਉਂਦਾ ਹੈ। ਭਾਈ ਸਾਹਿਬ, ਜੇ ਗੰਗਾ ਸਿੰਘ ਨੇ ਅਜਿਹੀ ਹਰਕਤ ਕੀਤੀ ਹੋਈ ਨਾ, ਤਾਂ ਸਮਝੋ ਉਹਦਾ ਦਾਣਾ ਪਾਣੀ ਮੁੱਕ ਗਿਆ। ਉਹ ਤਾਂ ਠੀਕ ਹੈ, ਆਪਾਂ ਨੂੰ ਦੇਰ ਨਹੀਂ ਕਰਨੀ ਚਾਹੀਦੀ, ਹਾਈ ਕਮਾਂਡ ਆਪਾਂ ਨੂੰ ਡੀਕਦਾ ਹੋਵੇਗਾ। ਠੀਕ ਹੈ ਵੀਰਿਆ, ਮੈਂ ਜਾਣ ਦੀ ਤਿਆਰੀ ਕਰਦਾ। ਸਤਿਕਾਰਯੋਗ ਖਾਲਸਾ ਜੀ, ਆਪ ਸਭ ਨੂੰ ਪਤਾ ਹੀ ਹੈ ਕਿ ਆਪਾਂ ਅੱਜ ਸਾਰੇ ਕਿਸ ਮੰਤਵ ਲਈ ਇਕੱਠੇ ਹੋਏ ਹਾਂ। ਖਬਰ ਅਖਬਾਰਾਂ ਵਿੱਚ ਵੀ ਨਜ਼ਰ ਹੋ ਚੁੱਕੀ ਹੈ ਤੇ ਹੈ ਵੀ ਬਹੁਤ ਮਾੜੀ। ਕਿਰਦਾਰ ਹੀ ਤਾਂ ਸਭ ਤੋਂ ਵੱਡੀ ਖਾਲਸਾ ਦੀ ਨਿਸ਼ਾਨੀ ਹੈ ਤੇ ਅਸੀਂ ਸਾਰੇ ਖਾਲਸਾ ਘਰ ਦੀ ਪ੍ਰਾਪਤੀ ਲਈ ਤਾਂ ਲੜ ਰਹੇ ਹਾਂ। ਸਾਡਾ ਕਿਰਦਾਰ ਮੁਗਲਾ ਹੀ ਨਹੀਂ ਸਗੋਂ ਖਾਲਸਾ ਹੀ ਹੋਣਾ ਚਾਹੀਦਾ ਹੈ। ਮਾਝੇ ਜੋਨ ਦੇ ਮੁਖੀ ਭਾਈ ਸਤਨਾਮ ਸਿੰਘ ਜੀ ਹਨ, ਇਸ ਲਈ ਉਹਨਾਂ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਇਸ ਘਟਨਾ ਉੱਪਰ ਚਾਨਣਾ ਪਾਉਣ। ਖਾਲਸਾ ਜੀ, ਇੱਕ ਗੱਲ ਬਿਲਕੁਲ ਸਾਫ਼ ਹੈ, ਖਾਲਸਾ ਕਿਰਦਾਰ ਵਿੱਚ ਅਜਾਹ ਹੋਣਾ ਪ੍ਰਮਾਣ ਨਹੀਂ। ਜੇਕਰ ਅਜਿਹੀਆਂ ਘਟਨਾਵਾਂ ਵਾਪਰਦੀਆਂ ਹਨ ਤਾਂ ਆਮ ਲੋਕਾਂ ਵਿੱਚ ਸਾਡੀ ਸਾਖ ਖਤਮ ਹੋ ਜਾਵੇਗੀ। ਬਲਾਤਕਾਰ ਤਾਂ ਬਹੁਤ ਦੂਰ ਦੀ ਗੱਲ ਹੈ, ਗੁਰੂ ਦਾ ਸਿੱਖ ਪਰਾਈ ਇਸਤਰੀ ਵੱਲ ਗਲਤ ਸੋਚ ਨਾਲ ਦੇਖ ਵੀ ਨਹੀਂ ਸਕਦਾ। ਖਾਲਸਾ ਜੀ, ਮਾੜੀ ਗੱਲ ਤਾਂ ਇਹ ਹੈ ਕਿ ਇਹ ਦੋਸ਼ ਗੰਗਾ ਸਿੰਘ ਵਰਗੇ ਬੰਦੇ ਉੱਪਰ ਲੱਗੇ ਹਨ। ਇਸੇ ਕਰਕੇ ਮੈਂ ਪਹਿਲਾਂ ਹੀ ਗੰਗਾ ਸਿੰਘ ਅਤੇ ਉਸਦੇ ਸਾਥੀਆਂ ਤੋਂ ਤਿਆਰ ਵਾਪਸ ਲੈ ਲਏ ਹਨ। ਮੈਂ ਚਾਹੁੰਦਾ ਹਾਂ
कि गंगा सिंह नु अपनी सफाई पेश करने का मौका जरूर दिता जाए। भाई साहब जी, मैं एक बेनती करना चाहना, असी दोषी नहीं है, पर फिर भी जे साडे दोष साबित हो जाते ने तो मैं हर सजा लई तैयार, बाकी आप जी की मर्जी। खालसा जी, जो भी होया बहुत माड़ा होया, ये शक गंगा सिंह ते ये दोष अजे तक साबित नहीं होया, पर इस विच जथेबंदी की बदनामी है। मैं समझदा हां कि भाई मिंदर सिंह, भाई साहब सिंह, भाई लाडी सिंह, भाई सुलखन सिंह ते भाई जोगराज सिंह दे आधार ते एक एक्शन कमेटी बना के मामला हल किया जाए। गंगा सिंह ते होर भी जो जथेबंदियां दे सिंह इस इलाके विचों गुजरदे हन, इन्हां सारयां नूं बलात्कार की शिकार बीबी दे सामने ले जाके शनाख्ती परेड करवाई जाए। जेकर वो बीबी इन्हां विचों किसे नूं पछाण दी है तो उस नूं बीबी दे सामने ही छूट कर दिता जाए। जे सारे निर्दोष साबित हुंदे हन तो असल दोषी का पता करके उस नूं गड्डी चाड़िया जाए। पर जथेदार जी, वो बीबी एक हिंदू कुड़ी है ते इन्हां हिंदुआं ने साडे सिखां नूं दिल्ली विच चुन चुन के मारिया सी। नहीं भाई साहब, ये गल्लां सब झूठ ने। दिल्ली विच जो सिख मारे गए सी ये हिंदुआं ने नहीं सन मारे, ये कारा दा शरारती गुंडियां ने कीता सी। सगों कई हिंदू परिवार दा सिखां नूं बचाउंदे होए इन्हां गुंडियां हत्थों शहीद हो गए सन। इसलिए हिंदुआं नूं बदनाम करना चंगी गल नहीं। मैनूं अज भी वो वेला याद है सिखां दा, वो कतलेआम जदों उन्हां शरारती गुंडियां ने सिखां नूं चुन चुन के मारिया सी। मौत पर मिठाइयां बांट कर भाग लो, निकलो बाहर, निकलो बाहर। नो मारो मेरे बच्चों को, नो मारो मेरे बच्चे को, छोड़ जाए। अरे भाई साहब, हमने किसी के मरने पे मिठाई विठाई नहीं बांटी। देखते क्या हो, छिड़को इस पे तेल, नहीं डालो गले में टायर और लगा दो इसको आग, फिर देखते साले उग्रवादी का बांगला। खालसा जी, इस कतलेआम विच मेरी जान बचाउण वाला भी एक हिंदू सी। पांच सात हिंदुआं दे गलत होण नाल असीं सारी हिंदू कौम नूं गलत नहीं कह सकते। पर भाई साहब, दंगियां दौरान ना तां हिंदुआं दा ही लग्या सी। भाई साहब, ये ठीक है कि नाम हिंदुआं दा लग्या सी, पर इह झूठियां गल्लां भी उन्हां गुंडियां द्वारा फैलाईआं गईआं सी तां कि ओह मजहब दे नां ते बच सकन। इस लई मजहब दे नां ते आपस विच लड़ाउण वालिआं तों सुचेत रहो। ठीक खालसा जी, तुसीं सानूं आग्या दिओ। वाहेगुरु जी का खालसा, वाहेगुरु जी की फतेह। ਕਿਉਂ ਵੀ ਸੁਕੜੂ ਸਿੰਘਾ, ਕਿਹੜੀ ਜਥੇਬੰਦੀ ਹੈ ਤੇਰੀ? ਕੀ ਨਾਂ ਤੇਰਾ? ਓਏ ਤੈਂ ਕੁੜੀ ਦੇਣੀ ਹੈ, ਪੜੋ ਭੂਤਨੀ ਤੈਨੂੰ ਸਲਾ ਕਿਵੇਂ ਆਕੜਦਾ। ਉਹ ਮਾਰਤਾ, ਉਹ ਮਾਰਤਾ, ਮਾਰਤਾ ਸਾਲੇ ਨੇ ਤੇਰੀ ਭੈਣ ਨੂੰ।